ਸਤਿ ਸ੍ਰੀ ਅਕਾਲ, ਨਮਸਤੇ। ਮੈਂ ਮਨਪ੍ਰੀਤ ਬਾਦਲ ਤੁਹਾਡੇ ਨਾਲ ਮੁਖਾਤਿਬ ਹੈ। ਮੇਰੇ ਅਤੇ ਮੇਰੇ ਖਾਨਦਾਨ ਲਈ ਇਹ ਨਿਹਾਇਤ ਦੁੱਖ ਦੀ ਘੜੀ ਹੈ, ਨਿਹਾਇਤ ਗਮ ਦਾ ਮੁਕਾਮ ਹੈ ਕਿ 19 ਮਾਰਚ 2020 ਨੂੰ ਸਾਡੇ ਸਤਿਕਾਰਯੋਗ ਮਾਤਾ ਜੀ, ਮਾਤਾ ਹਰਮਿੰਦਰ ਕੌਰ ਜੀ, ਸਾਨੂੰ ਸਦੀਵੀਂ ਵਿਛੋੜਾ ਦੇ ਗਏ। ਉਹਨਾਂ ਦਾ ਇਸ ਦੁਨੀਆਂ ਤੋਂ ਚਲੇ ਜਾਣਾ ਸਾਡੇ ਪਰਿਵਾਰ ਲਈ ਨਾਕਾਬਿਲੇ ਬਰਦਾਸ਼ਤ ਹੈ। ਮੇਰੇ ਅਤੇ ਮੇਰੇ ਖਾਨਦਾਨ ਲਈ ਇਹ ਨਿਹਾਇਤ ਸਖਤ ਘੜੀ ਹੈ, ਇਮਤਿਹਾਨ ਦੀ ਘੜੀ ਹੈ। ਔਰ ਜ਼ਾਹਿਰ ਹੈ ਕਿ ਪਿਛਲੇ 25 ਸਾਲਾਂ 'ਚ ਮੇਰਾ ਇੱਕ ਤਵੀਲ ਸਿਆਸੀ ਜ਼ਿੰਦਗੀ ਰਹੀ ਹੈ। ਇਹ ਸਿਆਸੀ ਜ਼ਿੰਦਗੀ 'ਚ ਮੇਰੇ ਹਜ਼ਾਰਾਂ ਖੈਰ ਖੁਆ ਵੀ ਹੋਣੇ ਹੈ। ਇਸ ਤੋਂ ਇਲਾਵਾ ਮਾਤਾ ਜੀ ਦਾ ਸ਼ਫਕਤ ਭਰਿਆ ਹੱਥ ਬਹੁਤ ਸਾਰੇ ਖਾਨਦਾਨਾਂ 'ਤੇ ਸੀ। ਔਰ ਇਸ ਦੁੱਖ ਦੀ ਘੜੀ ਦੇ ਵਿੱਚ ਹਜ਼ਾਰਾਂ ਲੋਕ ਐਸੇ ਹੈ ਜਿਹੜੇ ਕਿ ਸਾਡੇ ਨਾਲ ਇਜ਼ਾਰੇ ਗਮ, ਇਜ਼ਾਰੇ ਹਮਦਰਦੀ ਕਰਨ ਵਾਸਤੇ ਸਾਡੇ ਬਾਦਲ ਪਿੰਡ ਆਉਣਾ ਚਾਹੁੰਦੇ ਹੋਣਗੇ। ਪਰ ਅੱਜ ਜੋ ਦੁਨੀਆ 'ਤੇ ਇੱਕ ਅਜ਼ਾਬ ਫੈਲਿਆ ਹੋਇਆ, ਇੱਕ ਮਹਾਂਮਾਰੀ ਜਿਹਨੂੰ ਕਰੋਨਾ ਵਾਇਰਸ ਕਹਿੰਦੇ ਹੈ, ਉਹਦੀ ਵਜ੍ਹਾ ਨਾਲ ਮੈਂ ਅਤੇ ਮੇਰਾ ਖਾਨਦਾਨ 'ਚ ਇਹ ਨਹੀਂ ਚਾਹੁੰਦੇ ਕਿ ਇਹ ਕਿਸੇ ਵੀ ਖਾਨਦਾਨ ਦਾ, ਤੁਹਾਡਾ ਜਾਂ ਤੁਹਾਡੇ ਪਿਆਰਿਆਂ ਦਾ ਕੋਈ ਨੁਕਸਾਨ ਹੋਵੇ। ਇਸ ਲਈ ਮੈਂ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਇਹ ਮੈਂ ਗੁਜ਼ਾਰਿਸ਼ ਅਤੇ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਪਰਿਵਾਰ ਨੇ ਫੈਸਲਾ ਕੀਤਾ, ਔਰ ਕਿਉਂਕਿ ਇੱਕ ਤੁਸੀਂ ਆਪਣਾ ਫਰਜ਼ ਸਮਝ ਕੇ ਇੱਥੇ ਆਉਂਗੇ, ਪਰ ਇੱਕ ਕੌਮੀ ਫਰਜ਼ ਵੀ ਹੈ। ਔਰ ਕੌਮੀ ਫਰਜ਼ ਹੈ ਕਿ ਮੁਲਕ ਜਿਹੜਾ ਹੈ ਔਰ ਮੁਲਕ ਦੇ ਲੋਕ ਜਿਹੜੇ ਹੈ ਉਹ ਹਿਫਾਜ਼ਤ ਨਾ ਰਹਿਣ, ਉਹਨਾਂ ਦੀ ਸਾਲਮੀਅਤ ਅਸੀਂ ਮੰਗਦੇ ਹਾਂ। ਪਰਿਵਾਰ ਨੇ ਫੈਸਲਾ ਕੀਤਾ ਕਿ ਜੋ ਵੀ ਕੋਈ ਧਾਰਮਿਕ ਰਸੂਮਾਤ ਹੈ, ਕੋਈ ਸਮਾਜਿਕ ਰਸੂਮਾਤ ਹੈ, ਉਹ ਅਸੀਂ ਆਪਣੇ ਘਰੇ ਹੀ ਕਰਾਂਗੇ। ਔਰ ਤੁਹਾਨੂੰ ਮੈਂ ਇਸ ਵੀਡੀਓ ਰਾਹੀਂ ਇਹ ਅਪੀਲ ਕਰਾਂਗਾ ਕਿ ਤੁਸੀਂ ਇੱਥੇ ਬਾਦਲ ਪਿੰਡ ਆਉਣ ਦੀ ਜ਼ਹਿਮਤ ਨਾ ਕਰਨਾ, ਔਰ ਕਿਉਂਕਿ ਮੈਂ ਸਰਕਾਰ ਦਾ ਨੁਮਾਇੰਦਾ ਹੈ ਔਰ ਇਹ ਸਰਕਾਰ ਦਾ ਫੈਸਲਾ ਹੈ। ਔਰ ਜ਼ਿੰਦਗੀ ਦੇ ਕਿਸੇ ਮੋੜ 'ਚ ਆਪਾਂ ਫਿਰ ਇਕੱਠੇ ਹੋਵਾਂਗੇ ਤਾਂ ਦੁੱਖ ਸੁੱਖ ਜਿਹੜਾ ਹੈ ਇਹ ਆਪਾਂ ਸਾਂਝਾ ਕਰ ਸਕਾਂਗੇ। ਪਰਮਾਤਮਾ ਕੋਲ ਜਿੱਥੇ ਮੈਂ ਆਪਣੇ ਮਾਤਾ ਜੀ ਦੀ ਅਰਦਾਸ ਕਰਾਂਗਾ, ਉੱਥੇ ਮੈਂ ਜਿੰਨੇ ਵੀ ਤੁਸੀਂ ਇਹ ਵੀਡੀਓ ਸੁਣ ਰਹੇ ਹੈ ਪਰਮਾਤਮਾ ਕੋਲ ਇਹ ਵੀ ਅਰਦਾਸ ਕਰਾਂਗਾ ਕਿ ਪਰਮਾਤਮਾ ਤੁਹਾਨੂੰ ਅਤੇ ਤੁਹਾਡੇ ਖਾਨਦਾਨਾਂ ਨੂੰ ਖੁਸ਼ ਰੱਖੇ, ਪੰਜਾਬ ਵਧੇ ਅਤੇ ਫੁੱਲੇ, ਹਿੰਦੁਸਤਾਨ ਤਰੱਕੀ ਕਰੇ। ਬਹੁਤ ਬਹੁਤ ਧੰਨਵਾਦ।